ਚਲੋ ਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਸਭ ਠੀਕ ਹੋਣਗੇ ਅਸੀਂ ਸਭ ਠੀਕ ਠਾਕ ਹਾਂ ਹੁਣ ਆਪਾਂ ਚੱਕਣ ਲੱਗੇ ਆ ਜਿਵੇਂ ਤੁਹਾਨੂੰ ਪਤਾ ਵੀ ਹੁਣ ਗਰਮੀ ਆ ਚੱਲੀ ਸਰਦੀਆਂ ਵਾਲੇ ਕੱਪੜੇ ਥੋੜੇ ਜਿਹੇ ਰੱਖਿਆਂ ਦੇ ਆ ਰੱਖੇ ਹੋਏ ਕਿਉਂਕਿ ਹੁਣ ਤੁਹਾਨੂੰ ਪਤਾ ਵੀ ਸਾਰੇ ਮੌਸਮ ਦੁਬਾਰਾ ਠੰਡਾ ਹੋ ਗਿਆ ਸੀਗਾ ਉਹਦੇ ਕਰਕੇ ਤੇ ਕੁਝ ਅਸੀਸ ਕਰਕੇ ਵੀ ਸੀਗੇ ਬਟ ਹੁਣ ਅਸੀਸ ਆਪਦੇ ਨਾਨਕੇ ਗਈ ਹੋਈ ਆ ਇਸ ਕਰਕੇ ਬੱਚੇ ਲਈ ਤਾਂ ਤੁਹਾਨੂੰ ਪਤਾ ਰੱਖਣੀ ਪੈਂਦੇ ਨੇ ਤੇ ਹੁਣ ਮੰਮੀ ਲੱਗਿਆ ਹੋਣੇ ਰੱਖਣਾ ਹੀ ਪੈਣਾ ਬਾਕੀ ਹੁਣ ਆ ਕਮਰੇ ਦੀ ਸੈਟਿੰਗ ਕਰਦੇ ਆ ਹਜੇ ਨਾ ਬਹੁਤੇ ਮੋਟੇ ਪੈਂਦੇ ਨਾ ਬਹੁਤੇ ਪਤਲੇ ਪੈਂਦੇ ਨੇ ਕੱਪੜਿਆਂ ਦਾ ਵੀ ਬਸ ਆ ਬੜਾ ਕੰਬਲ ਧੋਣ ਦਾ ਕੰਮ ਬੜਾ ਔਖਾ ਹੋ ਜਾਣਾ ਇਹ ਮੈਂ ਸੋਚਦਾ ਇਸ ਵਾਰੀ ਡਰਾਈ ਕਲੀਨ ਕਰਾ ਲਈਏ ਘਰੇ ਧੋਣਾ ਔਖਾ ਹੋ ਜਾਂਦਾ ਹੈ ਇਹ ਤੋਂ ਸਰਫ ਪਾਣੀ ਨਹੀਂ ਨਿਕਲਦਾ ਗਾ ਇਹ ਮੈਂ ਕਰਾ ਦੇ ਆਉਣਾ ਇਸ ਵਾਰੀ ਡਰਾਈ ਕਲੀਨ ਉਹ ਪਹਿਲੇ ਕੱਪੜੇ ਫੜ ਲਿਆ ਉਹਨੇ ਇਹ ਦੇ ਆਉਣਾ ਬੜੇ ਡੱਬੇ ਚ ਘਰੇ ਧੋ ਲਾਂਗੇ ਲਾਸਟ ਟਾਈਮ ਧੋਤਾ ਹੀ ਸੀਗਾ ਮੰਮੀ ਬਹੁਤ ਔਖਾ ਬਹੁਤ ਔਖੀ ਸਰਫ ਨਿਕਲੀ ਜੇ ਚੋਂ ਮੈਂ ਹੀ ਧੋਤਾ ਸੀਗਾ ਇਸ ਵਾਰੀ ਮੈਂ ਪਹਿਲਾਂ ਹੀ ਸੋਚ ਲਿਆ ਸੀ ਜਦ ਤੁਸੀਂ ਤੂੰ ਅਸੀਂ ਅਰਜੀਤ ਧੋਣ ਦੀ ਗੱਲ ਕਰ ਰਹੇ ਸੀਗੇ ਵੀ ਇਹ ਮੈਂ ਡਰੈਕਲਿੰਗ ਕਰਾ ਲਿਆਉਣਾ ਮੈਂ ਤੁਹਾਨੂੰ ਤੂੰ ਤਾਂ ਨਹੀਂ ਸੀ ਦੱਸਿਆ ਮੈਂ ਕਿਹਾ ਵੀ ਕਹਿਣਗੇ ਨਹੀਂ ਘਰੇ ਧੋ ਲੈਣਾ ਮੇਰੇ ਮਨ ਚ ਸੀਗਾ ਮੈਂ ਕਿਹਾ ਤੇਰੀ ਮਾਮੀ ਆਈ ਵਾਰੀ ਡਰੈਕਲਿੰਗ ਹੀ ਕਰਾਉਂਦੀ ਹੈ ਰਣਜੀਤ ਵਾਲਾ ਕੰਬਲ ਵੀ ਆਪਾਂ ਵੀ ਡਰੈਕਲਿੰਗ ਹੀ ਕਰਾਵਾਂਗੇ ਲਿਓ ਹੁਣ ਮੈਂ ਵੀ ਕਰਦਾ ਮੰਮੀ ਦੀ ਹੈਲਪ ਲਓ ਜੀ ਅਰਮਨ ਕਰ ਰਿਹਾ ਹੁਣ ਸਾਰੇ ਸਮਾਨ ਦੀ ਸੈਟਿੰਗ ਕੱਲ੍ਹ ਸ਼ੂਗਰ ਚੈੱਕ ਕਰਾਂਗੇ ਆਹ ਭੁੱਲੇ ਜਾਂਦੇ ਹਾਂ ਸਵੇਰੇ ਸ਼ੂਗਰ ਚੈੱਕ ਕਰਨੀ ਲਓ ਜੀ ਚਾਦਰਾਂ ਵੀ ਹੁਣ ਕਾਟਨ ਦੀਆਂ ਵਿਛਾਤੀਆਂ ਦੂਈਆਂ ਚੱਕਤੀਆਂ ਇਹ ਤਾਂ ਕਾਫੀ ਟਾਈਮ ਦੀ ਵਿਛਾਈਆਂ ਨੇ ਜਦ ਪਹਿਲਾਂ ਗਰਮੀ ਹੋ ਗਈ ਸੀ ਉਦੋਂ ਕੱਢੀਆਂ ਹੋਈਆਂ ਦੇਖੋ ਲਓ ਜੀ ਹਰਮਨ ਨੇ ਮੇਰੇ ਸਾਰੀ ਅਲਮਾਰੀ ਦੇ ਉੱਪਰਲੇ ਖਾਨੇ 'ਚੋਂ ਕੱਪੜੇ ਗਰਮ ਕੱਢ ਕੱਢ ਕੇ ਸੈੱਟ 'ਤੇ ਕਹਿੰਦਾ ਆਪਣੇ ਸੈੱਟ ਕਰਕੇ ਧਰੋ ਸਾਹਿਬ ਹੁਣ ਕਰਦੇ ਹਾਂ ਇਹਨਾਂ ਨੂੰ ਸਹੀ ਧਰਦੇ ਹਾਂ ਲਿਫਾਫਿਆਂ 'ਚ ਪਾ ਪਾ ਕੇ ਫਿਰ ਜੇ ਲੈਣਾ ਹੁੰਦਾ ਕੋਈ ਫੇਰ ਰੱਖਣ ਦਾ ਐਂ ਹੁੰਦਾ ਵੀ ਕੋਈ ਹੈ ਹੀ ਨੀਗਾ ਆ ਮੇਰਾ ਘਰ ਲੈਣ ਜੋਗ ਚੱਲ ਕੋਈ ਨਾ ਫਿਰ ਮਾੜਾ ਮੋਟਾ ਕਿਤੇ ਲਿਆ ਜਾਂਦਾ ਗੁਰਦੁਆਰੇ ਨੂੰ ਕਿਧਰੇ ਨੂੰ ਸ਼ਾਲ ਵਧੀਆ ਇਹ ਗਰਮ ਆ ਜ਼ਿਆਦਾ ਇਸ ਠੰਡ 'ਚ ਲੈਣ ਵਾਲਾ ਨਿੱਘਾ ਸ਼ਾਲ ਆ ਦੂਆ ਸਟਾਲ ਕਿੱਥੇ ਆ ਜ਼ਿਆਦਾ ਕੱਢਿਆ ਜਿਹਾ ਹੋਇਆ ਇੱਕ ਸਟਾਲ ਮੇਰਾ ਹਜੇ ਕਾਲਾ ਜਿਹਾ ਇੱਥੇ ਪਿਆ ਹੇਠਾਂ ਇਹ ਨੰਬਰ ਕੀ ਪਊਗਾ ਇਹਦੇ ਵਿੱਚ ਹੀ ਆ ਪਾ ਦਾਂਗੇ ਦੋਵੇਂ ਲਓ ਜੀ ਪਾਤੇ ਮੰਮੀ ਨੇ ਸਾਰੇ ਹੁਣ ਇਹਨਾਂ ਨੂੰ ਲੱਗੇ ਆਪਾਂ ਰੱਖਣ ਇਹ ਤਾਂ ਸਾਰੇ ਨਵੇਂ ਨਵੇਂ ਨੇ ਹਜੇ ਨਵੀਆਂ ਦੋ ਜਾਕਟਾਂ ਉਹਦੇ 'ਚ ਨੇ ਬੈੱਡ 'ਚ ਚੱਲ ਕੋਈ ਨਾ ਉੱਥੇ ਰੱਖ ਦਿਓ ਏਟੇ ਨੀਚੇ ਕਰ ਦਿਓ ਉਹ ਮੈਂ ਇੱਧਰਲੇ ਫਿਰ ਬੜੇ ਟੇਚੀ 'ਚ ਰੱਖਦੀ ਲੱਗਦਾ ਬਸ ਰੱਖਦਾ ਬਸ ਮੈਂ ਕਿਹਾ ਬੋਲਾਂਗੇ ਚੁੱਪ ਕਿਉਂ ਕਰਨਾ ਡੋਰਾਂ ਭਾਵ ਸਾਡੇ ਉੱਧਰ ਪਤੰਗ ਤਿੰਨ ਪਏ ਨੇ ਡੋਰਾਂ ਬਹੁਤ ਨੇ ਹਾਂ ਲਓ ਜੀ ਹੁਣ ਅਸੀਂ ਤੋੜਦੇ ਹਾਂ ਮੇਥੀ ਰਾਜਦੀਪ ਨੇ ਬਣਾਉਣਾ ਸਾਗ ਪਾਲਕ ਤਾਂ ਹੈਗੀ ਆ ਪਈ ਆ ਬਥੇਰੀ ਅੱਛਾ ਰਾਜਵਿੰਦਰ ਨੇ ਵੜਤੀ ਅੱਛਾ ਉਹਨਾਂ ਦੀ ਹੋਊਗੀ ਉਹਨੇ ਵੜਤੀ ਜਮਾ ਹੀ ਵੜਤੀ ਆਂਦਾ ਜਮਾ ਹੀ ਸਾਡੇ ਹੁਣ ਤਾਂ ਕੱਲ੍ਹ ਕੁਛ ਜਸਪਾਲ ਲੈ ਗਈ ਤੋੜ ਕੇ ਮੇਥੀ ਆ ਰਹਾ ਪਾਲਕ ਪੂਲਕ
ਸਾਗ ਉਹਨੇ ਕੱਲ ਬਣਾ ਲਿਆ ਤਾਂ ਆ ਮੇਥੀ ਮੈਂ ਉਹਨੂੰ ਕਿਹਾ ਉਹ ਸੁਕਾ ਲੈਂਦੇ ਨੇ ਮੇਥੀ ਪਾ ਲੈਂਦੇ ਸੀ ਸਾਡੇ ਹਰਮਨ ਨੇ ਸੁੱਕੀ ਮੇਥੀ ਦਾਲ ਸਬਜ਼ੀ ਨਹੀਂ ਖਾਂਦਾ ਪਾਈ ਹੋਈ ਜਸਪਾਲ ਉਹਨੂੰ ਮੈਂ ਕਿਹਾ ਵੀ ਵੱਢ ਲਓ ਤੁਸੀਂ ਸਾਰੀ ਉਹਨਾਂ ਤਾਂ ਨਿਸਰਦੀ ਆ ਦੁਬਾਰੇ ਫਿੱਟ ਫੁੱਟ ਆਊਗੀ ਫਿਰ ਨਾਲੇ ਮੈਂ ਕਿਹਾ ਬੇਕਾਰ ਹੋ ਜਾਣੀ ਹੈ ਤੋੜਨ ਨਾਲ ਹੀ ਨਹੀਂ ਰਹਿਣੀ ਹੈਗੀ ਜੇ ਹੁਣ ਨਾ ਵੱਢੀ ਹਾਂ ਆ ਹੈਗਾ ਗਾ ਥੋੜ੍ਹਾ ਇੱਧਰ ਇੱਧਰ ਜੀ ਟੁੱਟ ਰਿਹਾ ਨਾ ਮੈਂ ਕਹਿੰਦਾ ਕੋਈ ਆਇਆ ਵੀ ਹੋਇਆ ਵਿੱਚ ਆਉਂਦੇ ਹੈ ਨਾ ਹਾਂ ਸਾਡੇ ਤੋੜਨ ਤੋਂ ਪਹਿਲਾਂ ਤਾਂ ਉਦਘਾਟਨ ਕੋਈ ਹੋਰੇ ਕਰ ਜਾਂਦਾ ਆਪਣੇ ਤੋੜਨ ਤੋਂ ਹਾਂ ਅਸੀਂ ਅੱਜ ਚੱਲੇ ਹਾਂ ਆਪਣੇ ਯੂਟਿਊਬਰ ਸਬਸਕ੍ਰਾਈਬਰ ਨੂੰ ਮਿਲਣ ਦੇਖੋ ਜੀ ਕਾਮਯਾਬ ਹੋਣ ਮੇਰੇ ਵਾਂਗੂ ਹੀ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਲਓ ਜੀ ਹੁਣ ਅਸੀਂ ਆਪਣੇ ਯੂਟਿਊਬ ਸਬਸਕ੍ਰਾਈਬਰ ਨੂੰ ਮਿਲ ਕੇ ਹੁਣ ਆ ਗਏ ਅਸੀਂ ਖੰਨੇ ਹੁਣ ਕਰਾਂਗੇ ਥੋੜ੍ਹੀ ਜਿਹੀ ਸ਼ੋਪਿੰਗ ਬਸ ਫਿਰ ਘਰੇ ਜਾਵਾਂਗੇ ਘਰੇ ਜਾ ਕੇ ਉਹੀ ਕੰਮ ਕਾਰ ਆਪਣੇ ਮੰਮੀ ਕਰ ਰਹੇ ਨੇ ਕਿਚਨ 'ਚ ਕੰਮ ਅਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਆਪਣੇ ਯੂਟਿਊਬਰ ਨੂੰ ਮਿਲ ਕੇ ਆਏ ਹਾਂ ਪੰਜਾਬੀ ਬਾਰ ਫੈਮਿਲੀ ਨੂੰ ਬੜਾ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਸਾਰੀ ਫੈਮਿਲੀ ਤੋਂ ਬਹੁਤ ਨਾਈਸ ਨੇਚਰ ਆ ਅਤੇ ਹੁਣ ਮੰਮੀ ਕਰ ਰਹੇ ਨੇ ਕੰਮ ਬਸ ਅਤੇ ਫਿਰ ਤਾਂ ਨਾਲ ਤਿਉਹਾਰਾਂ ਦੀ ਤਿਆਰੀ ਕਰ ਰਹੇ ਮੰਮੀ ਕਰ ਰਹੇ ਨੇ ਇੰਨੇ ਮੈਂ ਜਾ ਰਿਹਾ ਜਾ ਕੇ ਕੱਖ ਪਾਉਣਾ ਮੱਝਾਂ ਅੰਦਰ ਕਰਦਾ ਫਿਰ ਮੰਮੀ ਕਿਚਨ ਦੇ ਕੰਮ ਕਰਕੇ ਆਉਣਗੇ ਅੰਦਰ ਕੱਖ ਪਾ ਕੇ ਬਰਾਂਡੇ 'ਚ ਫਿਰ ਅੰਦਰ ਕਰਕੇ ਮੈਸਾਂ ਫਿਰ ਧਾਰਾਂ 'ਚ ਉਹਾਂਗੇ ਅੰਦਰ ਪਾ ਤੇ ਕੱਖ ਹੈ ਕੱਲੀ 'ਚ ਅੱਛਾ ਜੀ ਅੰਦਰ ਤਾਂ ਪਾ ਤੇ ਤਾਂ ਹੀ ਸਵੇਰ ਨੂੰ ਲਾਈਟ ਨਹੀਂ ਜਗੀ ਹੈਗੀ ਹੈ ਨਾ ਫਿਰ ਹੁਣ ਕਿਵੇਂ ਫੋਨ ਕਰੇਗਾ ਅੱਛਾ ਠੀਕ ਆ ਟੋਕਾ ਖਾਣੀ ਕਿੱਥੇ ਪਿਆ ਆਪੇ ਕਰਕੇ ਲਿਆ ਹੁਣ ਅੱਛਾ ਹਰਮਨ ਚੋਂਦੇ ਧਾਰ ਇੱਕ ਪਹਿਲਾਂ ਇਹਨੇ ਚੋਲੀ ਇੱਕ ਮੈਂ ਚੋਲੀ ਹੁਣ ਲਾਸਟ ਵਾਲੀ ਹਰਮਨ ਚੋਂਦਾ ਲਓ ਜੀ ਅੱਜ ਅਸੀਂ ਹੁਣ ਮਿਲ ਕੇ ਆਏ ਹਾਂ ਪੰਜਾਬੀ ਵੱਡ ਫੈਮਿਲੀ ਵਾਲਿਆਂ ਨੂੰ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਨੇਚਰ ਸੁਭਾਅ ਉਹਨਾਂ ਦਾ ਬਹੁਤ ਵਧੀਆ ਉਹਦੀ ਮੰਮੀ ਦਾ ਵੀ ਬੇਟੇ ਦਾ ਵੀ ਬੇਟਾ ਵੀ ਬਹੁਤ ਨਾਈਸ ਆ ਅਸੀਂ ਮੈਂਸ਼ਨ ਵਿੱਚ ਵੈਸੇ ਪਹਿਲਾਂ ਵੀ ਕਰਤਾ ਹੁਣ ਦੁਬਾਰਾ ਸਪੈਸ਼ਲ ਉਹਨਾਂ ਨੂੰ ਥੈਂਕਸ ਕਰਨ ਲਈ ਵੀਡੀਓ ਬਣਾ ਰਿਹਾ ਨਿੱਕ ਕਿ ਉਹ ਉਦੋਂ ਕੰਮ ਕਾਰ ਕਰਨੇ ਸੀ ਜਲਦੀ ਜਲਦੀ 'ਚ ਬੋਲ ਰਹੇ ਸੀਗੇ ਤਾਂ ਕਰਕੇ ਮਤਲਬ ਸਾਰੀ ਫੈਮਿਲੀ ਬਹੁਤ ਨਾਈਸ ਆ ਉਹਨਾਂ ਦੀ ਮੰਮੀ ਉਹਨਾਂ ਦਾ ਬੇਟਾ ਯੂਵੀ ਅਤੇ ਉਹ ਮੈਡਮ ਆਪ ਬਹੁਤ ਬਹੁਤ ਨਾਈਸ ਨੇ ਅਤੇ ਹੁਣ ਅਸੀਂ ਕਰਨ ਲੱਗੇ ਡਿਨਰ ਇਹਦੇ ਨਾਲ ਹੀ ਅਸੀਂ ਅੱਜ ਦੇ ਵਲੌਗ ਦੀ ਕਰਨ ਲੱਗੇ ਰੈਂਡਿੰਗ ਸਾਡੀ ਵੀਡੀਓ ਚੰਗੀ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀ ਦੇਖ ਰਹੇ ਨੇ ਸਾਰੇ ਲਾਈਕ ਕਰਿਓ